ਅੱਜ ਆਪਾਂ ਗਏ ਕਿਸੇ ਰਿਲੇਟਿਵ ਦੇ ਘਰ, ਉਹਨਾਂ ਨੇ ਬਣਾਈ ਮਕਰੋਨੀ। ਅਤੇ ਇਹ ਦੇਖੋ, ਤੁਹਾਨੂੰ ਵੀ ਦਿਖਾਉਂਦੇ ਹਾਂ ਕਿਸ ਤਰ੍ਹਾਂ ਬਣਾਈ ਮਕਰੋਨੀ ਉਹਨਾਂ ਨੇ। ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗੀ। ਅਤੇ ਚਲੋ ਇਹ ਸਟਾਰਟ ਕਰਦੇ ਹਾਂ। 4 ਤੋਂ 5 ਲਏ ਪਿਆਜ਼, ਟਮਾਟਰ। ਇੱਧਰ ਮਕਰੋਨੀ ਨੂੰ ਰੱਖ ਦਿੱਤਾ ਹੈ ਜੀ ਉਬਾਲਣ ਦੇ ਲਈ। ਇਹ ਲਏ ਪਿਆਜ਼, ਟਮਾਟਰ ਅਤੇ ਮਕਰੋਨੀ ਉਬਲ ਕੇ ਤਿਆਰ ਹੈ ਜੀ। ਹਲਕਾ ਹੀ ਸੇਕ ਲਵਾਉਣਾ ਸੀ, ਪਹਿਲਾਂ 2 ਵਾਰ ਉਹਨੂੰ ਧੋ ਲਿਆ ਸੀ ਉਹਨਾਂ ਨੇ, ਮੈਂ ਵੀਡੀਓ ਬਾਅਦ 'ਚ ਬਣਾਉਣ ਲੱਗੀ ਸੀ। ਅਤੇ ਹੁਣ ਦੇਖੋ ਲਾਉਂਦੇ ਹਾਂ ਤੜਕਾ। ਇਹ ਉਹਨਾਂ ਨੇ ਪਾਏ ਪਿਆਜ਼, ਹਲਕਾ ਰੈਡ ਬਰਾਊਨ ਜਿਹਾ ਕਰ ਲੈਣਾ। ਉਹ ਕਹਿ ਰਹੇ ਸੀ ਮੈਨੂੰ ਬੋਲ ਕੇ ਨਹੀਂ ਦੱਸਣਾ ਆਉਂਦਾ, ਤੁਸੀਂ ਬੋਲੋ, ਇਸ ਲਈ ਮੈਂ ਬੋਲ ਰਹੀ ਸੀ। ਅਤੇ ਉਹ ਮੈਨੂੰ ਦੱਸ ਰਹੇ ਸੀ ਕਿ ਇਹ ਕੀਤਾ, ਮੈਂ ਇੱਦਾਂ ਇੱਦਾਂ ਕੀਤਾ। ਹੁਣ ਦੇਖੋ ਇਸ ਤਰ੍ਹਾਂ ਤੜਕਾ ਭੁੱਜ ਗਿਆ, ਬਣ ਗਿਆ। ਹੁਣ ਇਹਨੂੰ ਕਰਤਾ ਲੋ ਫਲੇਮ 'ਤੇ, ਅਤੇ ਹੁਣ ਇਹਦੇ ਵਿੱਚ ਪਾਵਾਂਗੇ ਮਕਰੋਨੀ। ਇਹ ਮਕਰੋਨੀ ਬਣ ਕੇ ਤਿਆਰ ਹੈ ਜੀ, ਬਹੁਤ ਟੇਸਟੀ ਬਣੀ ਸੀ ਵੈਸੇ, ਅਸੀਂ ਖਾਧੀ, ਬਹੁਤ ਜ਼ਿਆਦਾ ਟੇਸਟੀ ਬਣੀ ਸੀ। ਤੁਸੀਂ ਵੀ ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ ਅਤੇ ਤੁਸੀਂ ਦੱਸਿਓ ਕਿਸ ਤਰ੍ਹਾਂ ਦੀ ਬਣੀ ਮਕਰੋਨੀ। ਥੈਂਕ ਯੂ।